ਇੱਕ ਟਾਈਮ ਦੇ ਵਿੱਚ ਨਾਰਾ ਸੀ ਜੈ ਜਵਾਨ ਜੈ ਕਿਸਾਨ ਅੱਜ ਦੇ ਟਾਈਮ ਦੇ ਵਿੱਚ ਕੀ ਆ ਪੋਲੀਟੀਕਲ ਸਿਸਟਮ ਨੇ ਮੈਂ ਉਹਨਾਂ ਸਾਡੇ ਪੁਲਿਸ ਵਾਲਿਆਂ ਨੂੰ ਕਸੂਰवार ਨਹੀਂ ਮੰਨੂੰਗਾ ਸਾਡੇ ਪੋਲੀਟੀਕਲ ਸਿਸਟਮ ਨੇ ਸਾਡਾ ਜਵਾਨ ਸਾਡੇ ਕਿਸਾਨ ਦਾ ਦੁਸ਼ਮਣ ਬਣਾ ਕੇ ਖੜਾ ਕਰਤਾ ਹੈ ਉਹਨਾਂ ਲਈ ਕਸੂਰवार ਨਹੀਂ ਮੰਨੋਗੇ ਉਹਦਾ ਪੱਟਾ ਤੇ ਥਾਪੀਆਂ ਮਾਰਦੇ ਆ ਥਾਪੀਆਂ ਮਾਰਨ ਨੂੰ ਥੋੜੀ ਸਰਕਾਰ ਕਹਿੰਦੀ ਹੋਊਗੀ ਉਹ ਤਾਂ ਆਪ ਹੀ ਮਾਰ ਰਹੇ ਹੋ ਪੰਜਾਬ ਦੀ ਅਣਖ ਨੂੰ ਵੰਗਾਰਿਆ ਜਾ ਰਿਹਾ ਹੁਣ ਤਾਂ ਤੁਸੀਂ ਥਾਪੀ ਮਾਰਦੇ ਹੋ ਫਿਰ ਜਦ ਸਾਡਾ ਨੌਜਵਾਨ ਸਿੱਧੂ ਮੂਸੇਵਾਲਾ ਸਟੇਜ ਦੇ ਉੱਪਰ ਖੜ ਕੇ ਥਾਪੀ ਮਾਰਦਾ ਸੀ ਫਿਰ ਥੋੜੇ ਪਹਾੜੇ ਦੇ ਟੱਟੂਆਂ ਤੋਂ ਜੜਿਆ ਨਹੀਂ ਸੀ ਜਾਂਦਾ ਪੰਜਾਬ ਦੀ ਅਣਖ ਨੂੰ ਵੰਗਾਰਿਆ ਜਾ ਰਿਹਾ ਹੁਣ ਤਾਂ ਤੁਸੀਂ ਥਾਪੀ ਮਾਰਦੇ ਹੋ ਫਿਰ ਜਦ ਸਾਡਾ ਨੌਜਵਾਨ ਸਿੱਧੂ ਮੂਸੇਵਾਲਾ ਸਟੇਜ ਦੇ ਉੱਪਰ ਖੜ ਕੇ ਥਾਪੀ ਮਾਰਦਾ ਸੀ ਫਿਰ ਥੋੜੇ ਪਹਾੜੇ ਦੇ ਟੱਟੂਆਂ ਤੋਂ ਜੜਿਆ ਨਹੀਂ ਸੀ ਜਾਂਦਾ ਉਹ ਇੱਥੇ ਗੱਲ ਕਰਦੇ ਆਂ ਮੁੱਖ ਮੰਤਰੀ ਸਾਹਿਬ ਦੀ ਮੁੱਖ ਮੰਤਰੀ ਸਾਹਿਬ ਮੈਂ ਤੁਹਾਡਾ ਵੋਟਰ ਆਂ ਮੈਂ ਪੰਜਾਬ ਦਾ ਵੋਟਰ ਆਂ ਮੈਂ ਟੈਕਸਪੇਅਰ ਆਂ ਮੈਂ ਤੁਹਾਨੂੰ ਸਵਾਲ ਕਰਦਾ ਜਦੋਂ ਸਾਡੇ ਮੁੰਡੇ ਜਿਹੜੇ ਨੇ ਜਵਾੜੇ ਤੋੜੇ ਜਾ ਰਹੇ ਸੀ ਜਦੋਂ ਸਾਡੇ ਮੁੰਡਿਆਂ ਨੂੰ ਬੋਰੀਆਂ ਚ ਪਾ ਕੇ ਕੁੱਟਿਆ ਜਾ ਰਿਹਾ ਸੀ ਤੁਹਾਡਾ ਪ੍ਰਸ਼ਾਸਨ ਕੀ ਕਰਦਾ ਸੀ ਜੀ ਉਹ ਤਾਂ ਕਹਿੰਦੇ ਸੀ ਜਾਂਚ ਕਰ ਰਹੇ ਆਂ ਜਾਂਚ ਕੀ ਕਰਨੀ ਆ ਯਾਰ ਜਾਂਚ ਤਾਂ ਸਾਡੀ 1986 ਦੇ ਨਕੁੱਦਰ ਗੋਲੀ ਕਾਂਡ ਦੀ ਨਹੀਂ ਹਲੇ ਤੱਕ ਹੋਈ ਜਾਂਚ ਤਾਂ ਸਾਡੀ 84 ਦੇ ਦੰਗਿਆਂ ਦੀ ਨਹੀਂ ਹੋਈ ਮਾਨਯੋਗ ਸਰਕਾਰ ਜੀ ਸਰਕਾਰੀ ਅਹੁਦੇਦਾਰ ਜੀ ਤੁਸੀਂ ਰੰਗਲੇ ਪੰਜਾਬ ਦੇ ਪ੍ਰੋਗਰਾਮ ਇੱਥੇ ਅਮਰਤਸਰ ਦੇ ਵਿੱਚ ਕਰ ਰਹੇ ਹੋ ਅਮਰਤਸਰ ਦੇ ਵਿੱਚ ਦਰਬਾਰ ਸਾਹਿਬ ਦੇ ਨੇੜੇ ਸਿਫਤੀ ਦੇ ਘਰ ਦੇ ਨੇੜੇ ਸਾਡੇ ਨੌਜਵਾਨਾਂ ਦੇ ਮਾਪੇ ਸਾਡੇ ਨੌਜਵਾਨਾਂ ਦੇ ਬੱਚੇ ਸਾਡੇ ਭਰਾਵਾਂ ਦੇ ਬੱਚੇ ਜਿਹੜਨੇ ਪ੍ਰੋਟੈਸਟ ਦੇ ਬੈਠੇ ਨੇ ਉਹ ਕੋਈ ਮਾਫੀ ਨਹੀਂ ਮੰਗ ਰਹੇ ਮਨਪ੍ਰੀਤ ਉਹ ਕੋਈ ਮਾਫੀ ਨਹੀਂ ਮੰਗ ਰਹੇ ਉਹ ਕੀ ਕਹਿ ਰਹੇ ਨੇ ਕਿ ਸਾਨੂੰ ਸਾਡੀ ਪੰਜਾਬ ਦੀ ਮਿੱਟੀ ਦੇ ਵਿੱਚ ਲੈ ਕੇ ਆਓ ਅਰਬ ਬਸੰਤ ਸਿੰਘ ਦੌਲਤਪੁਰਾ ਨੇ ਉਸ ਦਿਨ ਤੋਂ ਪਾਣੀ ਤੱਕ ਨਹੀਂ ਪੀਤਾ ਪਾਣੀ ਦਾ ਘੁੱਟ ਨਹੀਂ ਪੀਤਾ ਮੈਂ ਬਾਈਕਲਸੀ ਤੋਂ ਪੁੱਛਿਆ ਮੈਂ ਬਸੰਤ ਸਿੰਘ ਦੀ ਸਥਿਤੀ ਕਿਵੇਂ ਆ ਕਹਿੰਦੇ ਨੇ ਕਿ ਅਸੀਂ ਮੀਡੀਆ 'ਚ ਸੁਣ ਰਹੇ ਹਾਂ ਕਿ ਬਾਈ ਨੇ ਪਾਣੀ ਤੱਕ ਨਹੀਂ ਪੀਤਾ ਉਹ ਕਹਿੰਦੇ ਸੰਸਾਰ ਅੱਜ ਹੁਣੇ-ਹੁਣੇ ਉਸ ਦੇ ਪਰਿਵਾਰ ਦੇ ਨਾਲ ਗੱਲ ਕਰਵਾਉਣ ਦੇ ਲਈ ਬਸੰਤ ਸਿੰਘ ਨੂੰ ਅਸੀਂ ਲੈ ਕੇ ਆਏ ਸੀ ਉਸ ਨੂੰ व्हीਲ ਚੇਅਰ ਤੇ ਲੈ ਕੇ ਆਏ ਸੀ ਕਾਫੀ ਕਹਿੰਦੇ ਨੇ ਜੀ ਇਹ ਤਾਂ ਖਾਲਸਤਾਨੀ ਹੈ ਜੀ ਸਰਫ ਪੰਜਾਬ ਕੋ ਕਿਉਂ ਦਿੱਕਤ ਹੈ ਜੀ ਤਾਂ ਬਾਈ ਜੀ ਜਦੋਂ ਫਿਰ ਤੁਹਾਡਾ ਦੇਸ਼ ਗੁਲਾਮ ਸੀ ਜਦੋਂ ਭਾਰਤ ਦੇਸ਼ ਗੁਲਾਮ ਸੀ ਉਸ ਸਮੇਂ ਵੀ ਫਿਰ ਪੰਜਾਬ ਨੂੰ ਇਹ ਦਿੱਕਤ ਸੀ ਇੱਕ ਛੋਟਾ ਜਿਹਾ ਅੰਕੜਾ ਦੇਵਾਂ ਮਨਪ੍ਰੀਤ 121 ਆਥੈਂਟਿਕ ਫਾਂਸੀਆਂ ਹੋਈਆਂ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਲਈ 121 ਪੂਰੇ ਦੇਸ਼ ਦੇ ਵਿੱਚ ਉਹ ਕਿੱਡਾ ਦੇਸ਼ ਆ ਉਸ ਸਮੇਂ ਪਾਕਿਸਤਾਨ ਦਾ ਹਿੱਸਾ ਵੀ ਵਿੱਚ ਸੀ ਉਸ ਸਮੇਂ ਬੰਗਲਾਦੇਸ਼ ਦਾ ਹਿੱਸਾ ਵੀ ਵਿੱਚ ਸੀ ਉਸ 121 ਦੇ ਵਿੱਚੋਂ ਪੰਜਾਬ ਦੇ ਵਿੱਚੋਂ 93 ਮੁੰਡੇ ਸੀ ਤੇ ਪੰਜਾਬ ਦੇ ਵਿੱਚ ਕਿਸਾਨ ਧਰਨਿਆਂ ਤੇ ਬੈਠਾ ਹੈ। ਉਹਨਾਂ ਦੇ ਉੱਤੇ ਜ਼ੁਲਮ ਕੀਤਾ ਜਾ ਰਿਹਾ ਹੈ। ਕਿਤੇ ਪੰਜਾਬ ਸਰਕਾਰੀ ਤਸ਼ੱਦਦ ਸਹਿ ਰਿਹਾ ਹੈ। ਕਿਤੇ ਪੰਜਾਬ ਦੇ ਅੰਦਰ ਸਿੱਖ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠੇ ਹੋਏ ਨੇ। ਪੰਜਾਬ ਇਸ ਸਮੇਂ ਬਹੁਤ ਬੁਰੀ ਸਥਿਤੀ ਦੇ ਵਿੱਚੋਂ ਗੁਜ਼ਰ ਰਿਹਾ ਹੈ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਪੰਜਾਬ ਤਾਂ ਰੰਗਲਾ ਬਣਦਾ ਜਾ ਰਿਹਾ ਹੈ। ਜੇਕਰ ਇਹੀ ਰੰਗਲਾ ਪੰਜਾਬ ਹੈ ਤੇ ਮਾੜਾ ਪੰਜਾਬ ਕਿਹੋ ਜਿਹਾ ਹੋਏਗਾ। ਪੰਜਾਬ ਦੀ ਐਸੇ ਸਥਿਤੀ ਤੇ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਨਾਲ ਮੌਜੂਦ ਰਹਿਣਗੇ ਸੰਸਾਰਦੀਪ ਸਿੰਘ ਬਾਈ ਸਵਾਗਤ ਸ਼ੁਕਰੀਆ ਮਨਪ੍ਰੀਤ ਪੰਜਾਬ ਦੀ ਗੱਲ ਕੀਤੀ ਆ ਸਾਡੇ ਬਜ਼ੁਰਗਾਂ ਦੇ ਵੱਲ ਮੈਂ ਥੋੜਾ ਜਿਹਾ ਪਸ਼ੋਕੜ ਮੈਂ ਜੇ ਲੈ ਕੇ ਜਾਵਾਂ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਕੀਤੀਆਂ ਸੀ ਸਾਡੇ ਬਜ਼ੁਰਗਾਂ ਨੇ ਛਾਤੀ ਦੇ ਵਿੱਚ ਗੋਲੀਆਂ ਖਾਧੀਆਂ ਸੀ ਸਾਡੇ ਬਜ਼ੁਰਗਾਂ ਨੇ ਆਪਣੇ ਟਰੈਕਟਰਾਂ ਦੇ ਨਾਲ ਆਪਣੇ ਬੜਦਾਂ ਦੀ ਜੋੜੀ ਦੇ ਨਾਲ ਆਪਣੇ ਹਾਲਾਂ ਦੇ ਨਾਲ ਹਰੀ ਕ੍ਰਾਂਤੀ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਲਿਆਂਦੀ ਸੀ ਉਹਨਾਂ ਦਾ ਸੁਪਨਾ ਸੀ ਕਿ ਸਾਡਾ ਪੰਜਾਬ ਜਿਹੜਾ ਹੱਸਦਾ ਖੇਡਦਾ ਪੰਜਾਬ ਬਣੇ ਸਾਡਾ ਪੰਜਾਬ ਜਿਹੜਾ ਰੰਗਲਾ ਪੰਜਾਬ ਬਣੇ ਪਰ ਅੱਜ ਦੇ ਹਾਲਾਤ ਦੇਖ ਕੇ ਮਨਪ੍ਰੀਤ ਸਾਡੇ ਸ਼ਹੀਦ ਹੋ ਚੁੱਕੇ ਬਜ਼ੁਰਗ ਵੀ ਕਿਤੇ ਨਾ ਕਿਤੇ ਅਫਸੋਸ ਜ਼ਾਹਿਰਤਾ ਕਰਦੇ ਹੋਣਗੇ ਕਿ ਯਾਰ ਇਹ ਉਹ ਪੰਜਾਬ ਤਾਂ ਨਹੀਂ ਸੀ ਜਿਸ ਦੇ ਲਈ ਅਸੀਂ ਰੱਸੇ ਫਾਂਸੀਆਂ ਦੇ ਚੜ ਗਏ ਇਹ ਉਹ ਪੰਜਾਬ ਤਾਂ ਨਹੀਂ ਸੀ ਜਿਸ ਦੇ ਵਿੱਚ ਅਸੀਂ ਨੇ ਪੁੱਠੀਆਂ ਹatਕੜੀਆਂ ਲਵਾ ਕੇ ਸਜ਼ਾਵਾ ਭੁਗਤੀਆਂ ਇਹ ਉਹ ਪੰਜਾਬ ਤਾਂ ਨਹੀਂ ਸੀ ਜਿਸ ਦੇ ਲਈ ਅਸੀਂ ਨੇ ਕਾਲੇ ਪਾਣੀਆਂ ਦੀਆਂ ਸਜ਼ਾਵਾ ਭੁਗਤੀਆਂ ਨੇ ਅਫਸੋਸ ਤਾਂ ਕਿਤੇ ਨਾ ਕਿਤੇ ਉਹ ਵੀ ਕਰਦੇ ਹੋਣਗੇ ਸਾਨੂੰ ਮਾਣ ਆ ਉਹਨਾਂ ਦੀਆਂ ਕੁਰਬਾਨੀਆਂ ਤੇ ਪਰ ਅੱਜ ਦੀ ਲੀਡਰਸ਼ਿਪ ਨੂੰ ਦੇਖ ਕੇ ਕਿ ਤੇ ਨਾ ਕਿ ਤੇ ਉਹ ਕਹਿੰਦੇ ਹੁਣ ਕਿ ਪੰਜਾਬ ਪੰਜਾਬੀਆਂ ਦੇ ਹੱਥ ਦੇ ਵਿੱਚ ਨਹੀਂ ਰਿਹਾ ਪੰਜਾਬ ਬਹੁਤ ਜ਼ਿਆਦਾ ਗਲਤ ਹੱਥਾਂ ਦੇ ਵਿੱਚ ਚਲੇ ਗਿਆ ਮੈਂ ਗੱਲ ਕਰ ਲੈਣਾ ਸ਼ੰਭੂ ਖਨੋਰੀ ਦੀ ਜੋ ਕਿ ਇਸ ਸਮੇਂ ਪੰਜਾਬ ਦਾ ਸਭ ਤੋਂ ਅਹਿਮ ਮੁੱਦਾ ਹੈ ਕਿਸਾਨ ਸ਼ਹੀਦ ਵੀ ਹੋਏ ਆ ਉੱਥੇ ਤਸ਼ੱਦਦ ਵੀ ਹੋ ਰਿਹਾ ਬੁਰੀ ਤਰੀਕੇ ਦਾ ਤਸ਼ੱਦਦ ਉੱਥੇ ਜਿਹੜੇ ਨੌਜਵਾਨ ਕਿਸਾਨ ਨੇ ਉਹਨਾਂ ਦੇ ਉੱਤੇ ਖਾਸ ਤੌਰ ਤੇ ਬਜ਼ੁਰਗ ਉੱਥੇ ਬੁਰੀ ਹਾਲਾਤਾਂ ਦੇ ਵਿੱਚ ਨੇ ਹਾਲਾਂਕਿ ਸਰਕਾਰ ਕਹਿ ਰਹੀ ਆ ਅਸੀਂ ਤਾਂ ਇਹਨਾਂ ਦੇ ਵਕੀਲ ਆ ਜੀ ਅਸੀਂ ਤਾਂ ਵਕੀਲ ਆ ਅਸੀਂ ਤਾਂ ਇਹਨਾਂ ਦੀ ਮਦਦ ਕਰ ਰਹੇ ਆ ਪਰ ਇੱਕ ایسی ਸਰਕਾਰ ਵੀ ਹੈ ਜਿਹੜੀ ਉਹਨਾਂ ਦੇ ਉੱਤੇ ਤਸ਼ਦਦ ਵੀ ਕਰ ਰਹੀ ਹੈ ਤੁਹਾਨੂੰ ਕੀ ਲੱਗਦਾ ਇਸ ਪੂਰੇ ਮਸਲੇ ਦੇ ਵਿੱਚ ਦੇਖੋ ਭਾਈ ਵਕੀਲ ਤੁਸੀਂ ਨੇ ਕਿਹਾ ਕਿ ਸਰਕਾਰ ਵਕੀਲ ਬਣ ਰਹੀ ਹੈ ਜਾਂ ਗੱਲ ਪੰਜਾਬ ਸਰਕਾਰ ਤੋਂ ਸ਼ੁਰੂ ਕਰਦੇ ਹਾਂ ਪੰਜਾਬ ਸਰਕਾਰ ਦਾ ਰੋਲ ਇੱਥੇ ਕੀ ਕਹਿੰਦਾ ਪੰਜਾਬ ਸਰਕਾਰ ਦਾ ਰੋਲ ਕੀ ਹੋਣਾ ਚਾਹੀਦਾ ਸੀ ਜਦੋਂ ਇਹ ਬੈਰੀਕੇਡਿੰਗ ਕੀਤੀ ਜਾ ਰਹੀ ਸੀ ਕਿਉਂਕਿ ਸਾਡੇ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਅਸੀਂ ਨੇ ਦਿੱਲੀ ਜਾਣਾ ਆਪਣੀਆਂ ਮੰਗਾਂ ਜਿਹੜੀਆਂ ਨੇ ਉਹ ਕਲੀਅਰ ਕਰ ਦਿੱਤੀਆਂ ਸੀ ਕਿ ਐਮਐਸਪੀ ਦਾ ਮੁੱਦਾ ਲੈ ਕੇ ਸਾਡੇ ਹੋ ਜਿਹੜੇ ਪਰਚੇ ਨੇ ਉਹਨਾਂ ਦਾ ਮੁੱਦਾ ਲੈ ਕੇ ਅਸੀਂ ਨੇ ਦਿੱਲੀ ਵੱਲ ਕੂਚ ਕਰਨਾ ਉਸ ਤੋਂ ਬਾਅਦ ਹਰਿਆਣਾ ਸਰਕਾਰ ਦੇ ਵੱਲੋਂ ਜਿਹੜੀ ਬੈਰੀਕੇਡਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ ਪੰਜਾਬ ਸਰਕਾਰ ਉਸ ਵੇਲੇ ਸੁੱਤੀ ਪਈ ਸੀ ਪੰਜਾਬ ਸਰਕਾਰ ਆਪਣਾ ਬਣਦਾ ਫਰਜ਼ ਕਿਉਂ ਨਹੀਂ ਨਿਭਾਇਆ ਕਿ ਯਾਰ ਸ਼ਾਂਤਮਈ ਧਰਨਾ ਹੈਗਾ ਤੁਸੀਂ ਸ਼ਾਂਤਮਈ ਤਰੀਕੇ ਦੇ ਨਾਲ ਸਾਡੇ ਪੰਜਾਬ ਦਾ ਕਿਸਾਨ ਹਰਿਆਣੇ ਦੇ ਕਿਸਾਨਾਂ ਨੂੰ ਨਾਲ ਲੈ ਕੇ ਦਿੱਲੀ ਜਾਣਾ ਚਾਹੁੰਦਾ ਹੁਣ ਫਿਰ ਤੁਸੀਂ ਖੇਖਣ ਕਰਦੇ ਹੋ ਯਾਰ ਪੰਜਾਬ ਸਰਕਾਰ ਨੇ ਦੱਸ ਕੋ ਨਾਕਾਬੰਦੀ ਕੀਤੀ ਉਹ ਕਹਿੰਦੇ ਮੋਡੀਫਾਈਡ ਟਰੈਕਟਰ ਨਹੀਂ ਲੈ ਕੇ ਜਾਣੇ ਕੋਈ ਜੀਸੀਬੀ ਨਹੀਂ ਲੈ ਕੇ ਜਾਣੀ ਉਹ ਤਾਂ ਇਹ ਚੀਜ਼ਾਂ ਸਭ ਰੋਕ ਰਹੀ ਆਪ ਰੋਕ ਰਹੀ ਉਹੀ ਤਾਂ ਗੱਲ ਆ ਨਾ ਹੁਣ ਫਿਰ ਜਦੋਂ ਤੁਸੀਂ ਨੇ ਬੈਰੀਗੇਟਿੰਗ ਕਰਤੀ ਤਾ ਫਿਰ ਬਾਈ ਉੱਥੇ ਮੁਕਾਬਲੇ ਦੇ ਵਿੱਚੋਂ ਬੈਰੀਕੇਡਿੰਗ ਅਸੀਂ ਤਾਂ ਤੋੜਨੀ ਹੋਣਾ ਕਿਸਾਨਾਂ ਨੇ ਤਾਂ ਤੋੜਨੀ ਹੋਣਾ ਤੁਸੀਂ ਨਾ ਬੈਰੀਕੇਡਿੰਗ ਹੋਣ ਦਿੰਦੇ ਬਾਈ ਸਾਨੂੰ ਕੀ ਲੋੜ ਸੀ ਸਾਡੇ ਕਿਸਾਨਾਂ ਨੂੰ ਕਿਹਦਾ ਜੀ ਕਰਦਾ ਯਾਰ ਵੀ 10 ਲੱਖ ਦਾ ਲੋਹਾ ਮੈਂ ਆਪਣਾ ਜਿਹੜਾ 10 ਲੱਖ ਦਾ ਟਰੈਕਟਰ ਜਿਹੜਾ ਮੈਂ ਉੱਥੇ ਲੈ ਕੇ ਜਾਵਾਂ ਯਾਰ ਕਿਸੇ ਦਾ ਦਿਲ ਨਹੀਂ ਕਰਦਾ ਹੈ ਬਾਈ ਇੱਕ ਕਿਸਾਨ ਆਪਣੇ ਪੁੱਤਾਂ ਮੰਗ ਪਿਆਰ ਕਰਦਾ ਆਪਣੇ ਟਰੈਕਟਰ ਨੂੰ ਕਿਸੇ ਦਾ ਜੀ ਨਹੀਂ ਕਰਦਾ ਹੈ ਕਿ ਮੈਂ ਮੌਤੇ ਮੂੰਹ ਦੇ ਵਿੱਚ ਆਪਣਾ ਪੁੱਤ ਲੈ ਕੇ ਜਾਵਾਂ ਵਰਦੀਆਂ ਡਾਂਕਾਂ ਦੇ ਵਿੱਚ ਆਪਣਾ ਪੁੱਤ ਲੈ ਕੇ ਜਾਵਾਂ ਜੀ ਸੀ ਬੀਆਂ ਲਿਆਉਣਾ ਕਿਸਾਨਾਂ ਦਾ ਕੋਈ ਸ਼ੌਂਕ ਨਹੀਂ ਆ ਜੇ ਸੀਬੀਆਂ ਲਿਆਉਣ ਦੇ ਲਈ ਸਾਨੂੰ ਸਾਡੇ ਉਸ ਸਿਸਟਮ ਨੇ ਮਜਬੂਰ ਕਰ ਦਿੱਤਾ ਹੈ ਬਾਕੀ ਤੁਸੀਂ ਗੱਲ ਕੀਤੀ ਆ ਕਿ ਉੱਥੇ ਸ਼ਹਾਦਤਾਂ ਹੋ ਰਹੀਆਂ ਨੇ ਬਾਈ ਉੱਥੇ ਦੇ ਤੁਸੀਂ ਨੌਜਵਾਨਾਂ ਦੇ ਨਾਲ ਕਿਸਾਨਾਂ ਦੇ ਨਾਲ ਗੱਲ ਕਰੋਗੇ ਤਾਂ ਉਹ ਕਹਿੰਦੇ ਨੇ ਕਿ ਇੱਥੇ ਤਾਂ ਜੰਗ ਹੋ ਰਹੀ ਆ ਸੰਘਰਸ਼ ਇੱਕ ਜੰਗ ਆ ਰਸਤੇ ਵੱਖੋ-ਵੱਖਰੇ ਹੋ ਸਕਦੇ ਨੇ ਤਰੀਕੇ ਵੱਖੋ-ਵੱਖਰੇ ਹੋ ਸਕਦੇ ਨੇ ਕਿਸਾਨ ਡੰਡਿਆਂ ਦੇ ਨਾਲ ਝੰਡਿਆਂ ਦੇ ਨਾਲ ਜਿਹੜਾ ਗੋਲਿਆਂ ਦਾ ਮੁਕਾਬਲਾ ਕਰ ਰਿਹਾ ਹੈ ਹਨਾ ਜਦੋਂ ਵੀ ਕੋਈ ਸੰਘਰਸ਼ ਹੁੰਦਾ ਮਨਪ੍ਰੇਤ ਤਾਂ ਉਹ ਸੰਘਰਸ਼ ਜਿਹੜਾ ਕੁਰਬਾਨੀਆਂ ਮੰਗਦਾ ਆਪਾਂ ਪੁਰਾਣੇ ਤੋਂ ਪੁਰਾਣੇ ਸੰਘਰਸ਼ ਦੇਖ ਲਈਏ ਚਾਹੇ ਵਰਲਡ ਵਾਰ 1 ਦੇਖ ਲਈਏ ਜਾਂ ਹੋਰ ਜਿੰਨੇ ਵੀ 1962 ਦੀ ਲੜਾਈ ਭੈਣ ਦੀ ਲੜਾਈ 71 ਦੀ ਲੜਾਈ ਜਾਂ ਜਿੰਨੇ ਵੀ ਸੰਘਰਸ਼ ਨੇ ਇਸ ਤੋਂ ਪਹਿਲਾਂ ਦਾ ਕਿਸਾਨੀ ਸੰਘਰਸ਼ ਦੇਖ ਲਈਏ ਸੰਘਰਸ਼ ਕੁਰਬਾਨੀਆਂ ਮੰਗੇਗਾ ਸੰਘਰਸ਼ ਦੇ ਵਿੱਚ ਸਾਨੂੰ ਕੁਰਬਾਨੀਆਂ ਜਿਹੜੀਆਂ ਨੇ ਉਹ ਕਰਨੀਆਂ ਪੈਣਗੀਆਂ ਸਾਡੇ ਨੌਜਵਾਨ ਸਾਡਾ ਪੰਜਾਬ ਜਿਹੜਾ ਬਾਈ ਕੁਰਬਾਨੀਆਂ ਕਨਿਓ ਕਦੇ ਵੀ ਪਿੱਛੇ ਨਹੀਂ ਹਟਿਆ ਪਰ ਬਾਈ ਜਦ ਦੁੱਖ ਲੱਗਦਾ ਸਾਨੂੰ ਉਸ ਦਿਨ ਦੁੱਖ ਲੱਗਦਾ ਜਦ ਆਪਣਾ ਹੀ ਸਾਹਮਣੇ ਵੈਰੀ ਬਣ ਕੇ ਖੜ ਜਾਂਦਾ ਇੱਕ ਟਾਈਮ ਦੇ ਵਿੱਚ ਨਾਰਾ ਸੀ ਜੈ ਜਵਾਨ ਜੈ ਕਿਸਾਨ ਅੱਜ ਦੇ ਟਾਈਮ ਦੇ ਵਿੱਚ ਕੀ ਆ ਪੋਲੀਟੀਕਲ ਸਿਸਟਮ ਨੇ ਮੈਂ ਉਹਨਾਂ ਸਾਡੇ ਪੁਲਿਸ ਵਾਲਿਆਂ ਨੂੰ ਕਸੂਰवार ਨਹੀਂ ਮੰਨੂੰਗਾ ਸਾਡੇ ਪੋਲੀਟੀਕਲ ਸਿਸਟਮ ਨੇ ਸਾਡਾ ਜਵਾਨ ਸਾਡੇ ਕਿਸਾਨ ਦਾ ਦੁਸ਼ਮਣ ਬਣਾ ਕੇ ਖੜਾ ਕਰਤਾ ਹੈ ਬਾਈ ਤੁਸੀਂ ਕਹਿੰਦੇ ਤੁਸੀਂ ਪੁਲਿਸ ਵਾਲੇ ਨੂੰ ਕਸੂਰवार ਨਹੀਂ ਮੰਨੋਗੇ ਉਹਦਾ ਪੱਟਾ ਤੇ ਥਾਪੀਆਂ ਮਾਰਦੇ ਆ ਥਾਪੀਆਂ ਮਾਰਨ ਨੂੰ ਥੋੜੀ ਸਰਕਾਰ ਕਹਿੰਦੀ ਹੋਊਗੀ ਉਹ ਤਾਂ ਆਪ ਹੀ ਮਾਰ ਰਹੇ ਦੇਖੋ ਗੱਲ ਪਤਾ ਕੀ ਹੁੰਦੀ ਆ ਸਿਸਟਮ ਨੇ ਉਹਨਾਂ ਨੂੰ ਸਰਕਾਰੀ ਹੁਕਮਾਂ ਨੇ ਜਿਹੜਾ ਚਲੋ ਉੱਥੇ ਖੜਾ ਕਰਤਾ ਹੁਣ ਸਾਰੇ ਪੁਲਿਸ ਵਾਲੇ ਚੰਗੇ ਵੀ ਨਹੀਂ ਹੁੰਦੇ ਸਾਰੇ ਮਾੜੇ ਵੀ ਨਹੀਂ ਹੁੰਦੇ ਜਿਹੜੀ ਪੱਟ ਤੇ ਥਾਪੀ ਆ ਨਾ ਇਹ ਬਾਈ ਪੱਟ ਤੇ ਥਾਪੀ ਵੈਸੇ ਨਹੀਂ ਮਾਰੀ ਜਾ ਰਹੀ ਉਹ ਪੱਟ ਤੇ ਥਾਪੀ ਨੂੰ ਮੈਂ ਬਿਲਕੁਲ ਗਲਤ ਕਹਿ ਰਿਹਾ ਬਿਲਕੁਲ ਕਿਸਾਨਾਂ ਦੇ ਪੱਖ ਦੇ ਵਿੱਚ ਇਸ ਮੁੱਦੇ ਦੇ ਖੜੇ ਆ ਪੱਟ ਤੇ ਥਾਪੀ ਪੰਜਾਬ ਦੀ ਅਣਖ ਨੂੰ ਵੰਗਾਰਿਆ ਜਾ ਰਿਹਾ ਹੈ ਉੱਥੇ ਉਹ ਸਿਸਟਮ ਦੇ ਵੱਲੋਂ ਪੰਜਾਬ ਦੀ ਅਣਖ ਨੂੰ ਵੰਗਾਰਿਆ ਜਾ ਰਿਹਾ ਹੈ ਹੁਣ ਤਾਂ ਤੁਸੀਂ ਥਾਪੀ ਮਾਰਦੇ ਹੋ ਫਿਰ ਜਦ ਸਾਡਾ ਨੌਜਵਾਨ ਸਿੱਧੂ ਮੂਸੇ ਵਾਲਾ ਸਟੇਜ ਦੇ ਉੱਪਰ ਖੜ ਕੇ ਥਾਪੀ ਮਾਰਦਾ ਸੀ ਫਿਰ ਥੋੜੇ ਪਹਾੜੇ ਦੇ ਟੱਟੂਆਂ ਤੋਂ ਜੜਿਆ ਨਹੀਂ ਸੀ ਜਾਂਦਾ ਲਾਹਰਨਸੋ ਬਿਸ਼ਨੋਈ ਨੇ ਕਿਹਾ ਨਾ ਕਿ ਉਹ ਤਾਂ ਜੀ ਪੱਟਵੇਂ ਥਾਪੀ ਲਗਾਤਾ ਥਾ ਜੀ ਥਾਪੀ ਮਾਰਦਾ ਥਾ ਜੀ ਹਮਨੇ ਉਸੇ ਮਾਰਦੀ ਆ ਫਿਰ ਜਾ ਸਾਡਾ ਮੁੰਡਾ ਸਾਡਾ ਪੰਜਾਬ ਥਾਪੀ ਮਾਰਦਾ ਫਿਰ ਤੁਹਾਡੀਆਂ ਚੀਕਾਂ ਪੈਂਦੀਆਂ ਨੇ ਇਹ ਗੱਲ ਵੀ ਬਾਈ ਇੱਥੇ ਕਲੀਅਰ ਕਰ ਦਵਾਂ ਥਾਪੀ ਹਾਂ ਸ਼ਾਨਦਾ ਪ੍ਰਤੀਕ ਆ ਥਾਪੀ ਇੱਕ ਜ਼ੋਰ ਦਾ ਪ੍ਰਤੀਕ ਆ ਜੇ ਹੁਣ ਉਧਰੋਂ ਥਾਪੀ ਪਈਆ ਤਾਂ ਫਿਰ ਪੰਜਾਬ ਦਾ ਕਿਸਾਨ ਵੀ ਤਿਆਰ ਆ ਬਾਈ ਥਾਪੀ ਪੰਜਾਬ ਦੀ ਅਣਖ ਨੂੰ ਵੰਗਾ ਰਿਆ ਪੰਜਾਬ ਦੀ ਕਿਸਾਨੀ ਨੂੰ ਵੰਗਾ ਰਿਆ ਪੰਜਾਬ ਦੀ ਨੌਜਵਾਨੀ ਨੂੰ ਵੰਗਾ ਰਿਆ ਉਹ ਸਿੱਧਾ ਸਿੱਧਾ ਕਹਿ ਰਹੇ ਨੇ ਕਿ ਹਾਂ ਤੁਸੀਂ ਆਜੋ ਬੈਰੀਗੇਡ ਤੋੜ ਕੇ ਦਿਖਾਓ ਉੱਥੇ ਦਾ ਨੌਜਵਾਨ ਕੀ ਕਹਿ ਰਿਹਾ ਆਪਾਂ ਦੋਨੋਂ ਜਾਣੇ ਉਸ ਬਾਰਡਰ ਦੇ ਉੱਪਰ ਜਾ ਕੇ ਆ ਆਪਾਂ ਨੇ ਉਹ ਹਾਲਾਤ ਜਿਹੜੇ ਨੇ ਦੇਖੇ ਨੇ ਉੱਥੇ ਦਾ ਨੌਜਵਾਨ ਇੱਕ ਆਵਾਜ਼ ਦੇ ਵਿੱਚ ਕੀ ਕਹਿ ਰਿਹਾ ਕਿ ਜਿੱਦਣ ਸਾਡੇ ਆਗੂਆਂ ਦਾ ਇਸ਼ਾਰਾ ਹੋ ਗਿਆ ਬੈਰੀ ਬੁਰੀਗੇਡ ਜੇ 15 ਮਿੰਟ ਦੇ ਵਿੱਚ ਕੱਗਰ 'ਚ ਦਿਖੂਗੇ ਸਾਡਾ ਨੌਜਵਾਨ ਐਡੀ ਤਿਆਰੀ ਕਰੀ ਬੈਠਾ ਜਦ ਕੇ ਕਿਸੇ ਦੇ ਕੋਲ ਕੋਈ ਹਥਿਆਰ ਨਹੀਂ ਆ ਉੱਥੇ ਹਥਿਆਰ ਕੌਣ ਜਦੋਂ ਕਹਿੰਦੇ ਬਾਪ ਦੇ ਉੱਪਰ ਕੋਈ ਮੁਸੀਬਤ ਆਉਂਦੀ ਹੈ ਨਾ ਤਾਂ ਪੁੱਤ ਸਾਹਮਣੇ ਚਟਾਨ ਬਣ ਕੇ ਖੜ ਜਾਂਦਾ ਹੈ ਕਿਸਾਨ ਦੇ ਉੱਪਰ ਕੋਈ ਮੁਸੀਬਤ ਆਈਆ ਤਾਂ ਕਿਸਾਨ ਦਾ ਟਰੈਕਟਰ ਸਾਹਮਣੇ ਚਟਾਨ ਬਣ ਕੇ ਖੜਾ। ਬਾਈ ਉੱਥੇ ਇੱਕ ਨੌਜਵਾਨ ਉਸ ਦੀ ਖਬਰ ਕੱਲ ਆਈ ਮੈਂ ਨਾਮ ਵਿਸਰ ਰਿਹਾ ਉਹਦਾ। ਤਸ਼ੱਦਦ ਬਹੁਤ ਹੋਇਆ ਲੱਤ ਤੋੜੀ ਗਈ ਆ ਉਸ ਦਾ ਜ਼ਬਾੜਾ ਤੋੜਿਆ ਗਿਆ ਨੱਕ ਦੀ ਹੱਡੀ। ਮਤਲਬ ਉਸ ਦੇ ਪਿਤਾ ਜੀ ਦੇ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ। ਐਨਾ ਤਸ਼ੱਦਦ ਕਿਵੇਂ ਕੋਈ ਦੁਸ਼ਮਣੀ ਹੈ ਸਾਡੇ ਨਾਲ? ਯਾਰ ਕਿਸਾਨ ਹੀ ਆ ਕਹਿੰਦੇ ਉਹ ਤਾਂ ਅੱਗੇ ਕੋਈ ਸੰਘਰਸ਼ ਵੀ ਨਹੀਂ ਕਰ ਰਿਹਾ ਉਹ ਤਾਂ ਕਲਾ ਲੰਗਰ ਵਰਤਾ ਰਿਹਾ ਸੀ ਲੰਗਰ ਲੰਗਰ ਤਾਂ ਸਿੱਖ ਪੂਰੀ ਦੁਨੀਆ ਚ ਵਰਤਾਉਂਦੇ ਨੇ ਇਹ ਤਾਂ ਪਹਿਲੀ ਵਾਰੀ ਦੇਖਿਆ ਕਿ ਕਿਸੇ ਲੰਗਰ ਵਰਤਾ ਰਹੇ ਸਿੱਖ ਦੇ ਉੱਤੇ ਇੰਨਾ ਦਸ਼ਦਤ ਸਮਝ ਹੀ ਨਹੀਂ ਆ ਰਿਹਾ ਬਾਈ ਇਹੀ ਗੱਲ ਆ ਨਾ ਹੁਣ ਦੁਸ਼ਮਣ ਜਦੋਂ ਕੋਈ ਬਗਾਨਾ ਹੁੰਦਾ ਕੋਈ ਹੋਰ ਦੇਸ਼ ਤੋਂ ਆਇਆ ਹੁੰਦਾ ਉਸ ਦੇ ਨਾਲ ਬਾਈ ਲੜਨਾ ਸੌਖਾ ਹੋ ਜਾਂਦਾ ਉਹ ਯਾਰ ਇਹ ਤਾਂ ਦੁਸ਼ਮਣ ਹੈ ਸਾਡੇ ਦੇਸ਼ ਦਾ ਜਿਹੜਾ ਜਵਾਨ ਬਣਾ ਕੇ ਖੜਾਤਾ ਯਾਰ ਇਹਨਾਂ ਸਿਸਟਮ ਵਾਲਿਆਂ ਨੇ ਦੁੱਖ ਤਾਂ ਆਉਂਦਾ ਨਾ ਹੁਣ ਇੱਥੇ ਗੱਲ ਕਰਦੇ ਆਂ ਮੁੱਖ ਮੰਤਰੀ ਸਾਹਿਬ ਦੀ ਮੁੱਖ ਮੰਤਰੀ ਸਾਹਿਬ ਮੈਂ ਤੁਹਾਡਾ ਵੋਟਰ ਨਾ ਮੈਂ ਪੰਜਾਬ ਦਾ ਵੋਟਰ ਆਂ ਮੈਂ ਟੈਕਸਪੇਅਰ ਆ ਮੈਂ ਤੁਹਾਨੂੰ ਸਵਾਲ ਕਰਦਾ ਜਦੋਂ ਸਾਡੇ ਮੁੰਡੇ ਜਿਹੜੇ ਨੇ ਜਵਾੜੇ ਤੋੜੇ ਜਾ ਰਹੇ ਸੀ ਜਦੋਂ ਸਾਡੇ ਮੁੰਡਿਆਂ ਨੂੰ ਬੋਰੀਆਂ ਚ ਪਾ ਕੇ ਕੁੱਟਿਆ ਜਾ ਰਿਹਾ ਸੀ ਤੁਹਾਡਾ ਪ੍ਰਸ਼ਾਸਨ ਕੀ ਕਰਦਾ ਸੀ ਜੀ ਉਹ ਤਾਂ ਕਹਿੰਦੇ ਅਸੀਂ ਜਾਂਚ ਕਰ ਰਹੇ ਆਂ ਜਾਂਚ ਕੀ ਕਰਨੀ ਆ ਯਾਰ ਜਾਂਚ ਤਾਂ ਸਾਡੀ 1986 ਦੇ ਨਕੁੱਦਰ ਗੋਲੀ ਕਾਂਢਦੀ ਨਹੀਂ ਹਲੇ ਤੱਕ ਹੋਈ ਜਾਂਚ ਤਾਂ ਸਾਡੀ 84 ਦੇ ਦੰਗਿਆਂ ਦੀ ਨਹੀਂ ਹੋਈ ਜਾਂਚ ਦਾ ਸਾਡੀ 2015 ਦੇ ਬਹਿਬਲ ਕਲਾਂ ਗੋਲੀ ਕਾਂਡ ਦੀ ਨਹੀਂ ਹੋਈ ਜਾਂਚ ਦਾ ਸਾਡੀ ਗੁਰੂਗਰਾਹ ਸਾਹਿਬ ਦੀਆਂ ਹੁੰਦੀਆਂ ਬੇਅਦਬੀਆਂ ਦੀ ਨਹੀਂ ਹੋਈ ਜਾਂਚੇ ਕਰੋਗੇ ਜਾਂਚ ਲਗੀ ਆ ਬਾਈ ਜੀ ਮੁੱਖ ਮੰਤਰੀ ਸਾਹਿਬ ਨੇ ਕੋਈ ਸਟੈਂਡ ਲਿਆ ਹੁੰਦਾ ਕਿਸੇ ਦੀ ਕੀ ਜ਼ਰਤ ਸੀ ਕਿ ਸਾਡੀ ਹੱਦ ਦੇ ਵਿੱਚ ਆ ਕੇ ਸਾਡੇ ਮੁੰਡਿਆਂ ਨੂੰ ਜਿਹੜਾ ਇੱਕ ਨੂੰ ਗੋਲੀ ਮਾਰ ਕੇ ਖਤਮ ਕਰ ਦਿੱਤਾ ਗਿਆ ਸਾਡੇ ਮੁੰਡਿਆਂ ਦੀਆਂ ਲੱਤਾਂ ਜਵਾੜਾ ਤੋੜ ਦਿੱਤਾ ਗਿਆ ਅਮਰਤਾਰੀ ਗੁਰਸਿੱਖ ਨੌਜਵਾਨ ਸੀ ਮਨਪ੍ਰੀਤ ਹੋ ਅਮਰਤਧਾਰੀ ਗੁਰਸਿੱਖ ਨੌਜਵਾਨ ਨੂੰ ਬੋਰੀਆਂ ਚ ਪਾ ਕੇ ਬਗਾਨੇ ਸੂਬੇ ਦੀ ਪੁਲਿਸ ਲੈ ਕੇ ਜਾ ਰਹੀ ਆ ਭਗਵੰਤ ਮਾਨ ਜੀ ਜੇ ਤੁਸੀਂ ਮਹਿੰਦਰ ਮਾਸਟਰ ਦੇ ਮੁੰਡੇ ਜੀ ਜੇ ਤੁਸੀਂ ਖੇਤਾਂ ਦੇ ਵਿੱਚ ਕੰਮ ਕੀਤਾ ਖੇਤਾਂ ਦੇ ਵਿੱਚ ਤੁਸੀਂ ਨੇ ਆਪ ਕਹਿੰਦੇ ਹੋ ਕਿ ਮੈਂ ਖਾਦ ਪਾਈ ਆ ਖੇਤਾਂ ਦੇ ਵਿੱਚ ਮੈਂ ਜਿਹੜਾ ਬੱਟਾ ਨੂੰ ਮਿੱਟੀ ਲਾਈ ਆ ਖਾਲਾਂ ਨੂੰ ਮਿੱਟੀ ਲਾਈ ਆ ਭਗਵੰਤ ਮਾਨ ਜੀ ਕਿਸਾਨ ਨੂੰ ਥੋਡੇ ਨੂੰ ਲੈ ਕੇ ਜਾਇਆ ਜਾ ਰਿਹਾ ਕਡਨੈਪ ਕੀਤਾ ਜਾ ਰਿਹਾ ਤੋ ਥੋੜਾ ਪ੍ਰਸ਼ਾਸਨ ਕੀ ਕਰਦਾ ਸੀ ਤੁਸੀਂ ਕਹਿੰਦੇ ਹੋ ਮੈਂ ਮੈਂ ਮੁੱਖ ਮੰਤਰੀ ਸਾਹਿਬ ਦਾ ਇੱਕ ਬਿਆਨ ਸੁਣਦਾ ਸੀ ਕਿ ਮੈਂ ਆਪਣੇ ਜਿਹੜੇ ਸਾਡੇ ਐਮ ਐਲ ਏਜ਼ ਜਾਂ ਸਾਡੇ ਮਨਿਸਟਰ ਜਿਹੜੇ ਡਾਕਟਰ ਨੇ ਉਹਨਾਂ ਦੀਆਂ ਵੱਖ-ਵੱਖ ਹਸਪਤਾਲਾਂ ਦੇ ਵਿੱਚ ਡਿਊਟੀਆਂ ਲਾਤੀਆਂ ਨੇ ਕਿ ਤੁਹਾਡੇ ਕੋਲ ਕੋਈ ਲਾਅ ਦਾ ਮਨਿਸਟਰ ਨਹੀਂ ਆ ਕੋਈ ਕਾਨੂੰਨ ਦਾ ਮਨਿਸਟਰ ਨਹੀਂ ਆ ਜਿਸ ਦੀ ਡਿਊਟੀ ਬਾਰਡਰ ਤੇ ਲਾਈ ਜਾਵੇ ਬਾਈ ਕੀ ਤੁਹਾਡੇ ਕੋਲ ਪੁਲਿਸ ਫੋਰਸ ਨਹੀਂ ਆ ਪੁਲਿਸ ਫੋਰਸ ਦੇ ਸੀਨੀਅਰ ਅਫਸਰਾਂ ਦੇ ਨਾਲ ਮੁੱਖ ਮੰਤਰੀ ਸਾਹਿਬ ਇੱਕ ਮੀਟਿੰਗ ਕਰੋ ਜੇ ਤੁਸੀਂ ਵਾਕਈ ਕਿਸਾਨ ਹਤੈਸ਼ੀਆਂ ਤਾਂ ਆਪਣੀ ਪੁਲਿਸ ਫੋਰਸ ਦੇ ਸੀਨੀਅਰ ਅਫਸਰਾਂ ਨੂੰ ਕਹੋ ਕਿ ਚਲੋ ਸ਼ੰਭੂ ਦੇ ਉੱਪਰ ਚਲੋ ਖਨੌਰੀ ਦੇ ਉੱਪਰ ਮੇਰੇ ਕਿਸਾਨਾਂ ਨੂੰ ਮੇਰੇ ਪੰਜਾਬ ਦੀ ਹੰਦ ਦੇ ਅੰਦਰ ਕੋਈ ਬਗਾਨਾ ਬੰਦਾ ਆ ਕੇ ਹੱਥ ਨਾ ਲਾਜੇ ਪੰਜਾਬ ਦੀ ਕਾਨੂੰਨ ਵਿਵਸਥਾ ਕਿਹਨੇ ਮੇਨਟੇਨ ਕਰਨੀ ਆ ਬਾਈ ਮੁੱਖ ਮੰਤਰੀ ਸਾਹਿਬ ਨੇ ਕਰਨੀਆਂ ਮਨਜੋਗ ਡੀਜੀਪੀ ਸਾਹਿਬ ਨੇ ਕਰਨੀਆਂ ਪੁਲਿਸ ਪ੍ਰਸ਼ਾਸਨ ਨੇ ਕਰਨੀਆਂ ਨਾ ਹੁਕਮ ਦੋ ਫਿਰ ਪੁਲਿਸ ਨੂੰ ਕਿ ਚਲੋ ਪੁਲਿਸ ਸਾਹਮਣੇ ਕੰਦ ਬਣ ਕੇ ਖੜ ਜਿਓ ਵੀ ਆਜੋ ਫਿਰ ਉਧਰੋਂ ਸਾਡੇ ਗੋਲੀਆਂ ਮਾਰ ਰਹੇ ਨੇ ਪਹਿਲੀ ਗੱਲ ਤਾਂ ਮਨਪ੍ਰੀਤ ਇਸ ਤਰ੍ਹਾਂ ਦੇ ਪ੍ਰੋਟੈਸਟ ਦੇ ਵਿੱਚ ਸਿੱਧੀਆਂ ਗੋਲੀਆਂ ਕੌਣ ਮਾਰਦਾ ਮੁੱਖ ਮੰਤਰੀ ਸਾਹਿਬ ਨੂੰ ਨਹੀਂ ਦੇਖਿਆ ਕਿ ਉਹ ਮੁੰਡਾ ਜਿਹੜਾ ਖਨੌਰੀ ਬਾਰਡਰ ਦੇ ਉੱਪਰ ਸ਼ਹੀਦ ਹੋਇਆ 21 22 ਸਾਲ ਦਾ ਉਸ ਦੇ ਸਿਰ ਦੇ ਵਿੱਚ ਗੋਲੀ ਕਿਹ ਜਾ ਰਿਹਾ ਕਿਸਾਨਾਂ ਦੇ ਵੱਲੋਂ ਕਿ ਮਾਰ ਦਿੱਤੀ ਗਈ ਆ ਥੋੜੀ ਹੱਦ ਦੇ ਵਿੱਚ ਆ ਕੇ ਤੁਹਾਨੂੰ ਥਾਪੀਆਂ ਮਾਰ ਰਹੇ ਨੇ ਥੋੜੀ ਹੱਦ ਦੇ ਵਿੱਚ ਆ ਕੇ ਕਿਸਾਨਾਂ ਦੇ ਟਰੈਕਟਰਾਂ ਦੇ ਵਿੱਚ ਟਾਇਰਾਂ ਦੇ ਵਿੱਚ ਜਿਹੜਾ ਸੂਏ ਮਾਰ ਰਹੇ ਨੇ ਥੋੜੀ ਹੱਦ ਦੇ ਵਿੱਚ ਆ ਕੇ ਕਿੰਨੀਆਂ ਗੱਡੀਆਂ ਦਾ ਨੁਕਸਾਨ ਕਰ ਰਹੇ ਨੇ ਮੁੱਖ ਮੰਤਰੀ ਸਾਹਿਬ ਕਿੱਥੇ ਸੁੱਤੇ ਪਏ ਹੋ ਇੱਕ ਪਾਸੇ ਸਰਕਾਰ ਹਾਂ ਕੀ ਕਰ ਰਹੀ ਆ ਮੈਂ ਹੁਣੇ ਇੱਥੇ ਆਉਣ ਤੋਂ ਪਹਿਲਾਂ ਇੱਕ ਦੇਖ ਰਿਹਾ ਸੀ ਕੋਈ ਪ੍ਰੋਗਰਾਮ ਦੇਖ ਰਿਹਾ ਸੀ ਰੰਗਲਾ ਪੰਜਾਬ ਬਣਾਇਆ ਜਾ ਰਿਹਾ ਹੈ ਜੀ ਰੰਗਲਾ ਪੰਜਾਬ ਅੰਮ੍ਰਿਤਸਰ ਦੇ ਵਿੱਚ ਬਣਾਇਆ ਜਾ ਰਿਹਾ ਉਹ ਯਾਰ ਸ਼ੰਭੂ ਬਾਰਡਰ ਤੇ ਦੇਖ ਲਓ ਖਨੌਰੀ ਤੇ ਦੇਖ ਲਓ ਮੁੱਖ ਮੰਤਰੀ ਸਾਹਿਬ ਸਾਡੇ ਮੁੰਡੇ ਮਰ ਰਹੇ ਨੇ ਸੀ ਅੰਮ੍ਰਿਤਸਰ ਦੀ ਗੱਲ ਕੀਤੀ ਚਲੋ ਅੰਮ੍ਰਿਤਸਰ ਤੇ ਆ ਜਨਾ ਤੁਸੀਂ ਕਹਿੰਦੇ ਅੰਮ੍ਰਿਤਸਰ ਚ ਰੰਗਲਾ ਪੰਜਾਬ ਬਣਾਇਆ ਜਾ ਰਿਹਾ ਪਰ ਮੈਂ ਕੱਲ ਅੰਮ੍ਰਿਤਸਰ ਗਿਆ ਉਸ ਦਾ ਧਰਨਾ ਲੱਗਿਆ ਹੋਇਆ ਸਿੰਘਾਂ ਦਾ ਉਹ ਕਹਿੰਦੇ ਸਾਡੇ ਜਿਹੜੇ ਡਿਬਰੂਗੜ੍ਹ ਚ ਸਿੰਘ ਕੈਦ ਨੇ ਉਹਨਾਂ ਦੇ ਉੱਤੇ ਤਸ਼ੱਦਦ ਹੋ ਰਿਹਾ ਹੈ ਉਹ ਪੁੱਕੜ ਥਾਲ ਤੇ ਬੈਠੇ ਨੇ ਉਹਨਾਂ ਦੇ ਮਸਲੇ ਹੱਲ ਕਰੋ ਉਹਨਾਂ ਦੀਆਂ ਮੰਗਾਂ ਮੰਨੋ ਉਹਨਾਂ ਨੂੰ ਪੰਜਾਬ ਲੈ ਕੇ ਆਓ ਉੱਥੇ ਉਹਨਾਂ ਦੀ ਜਾਨ ਨੂੰ ਖਤਰਾ ਹੈ ਅੰਮ੍ਰਿਤਸਰ ਚ ਕਿਹੜਾ ਰੰਗਲਾ ਪੰਜਾਬ ਬਣ ਰਿਹਾ ਭਾਈ ਫਿਰ ਸਰਕਾਰ ਨੂੰ ਪੁੱਛੋ ਨਾ ਇਹ ਗੱਲ ਕਿ ਮੁੱਖ ਮੰਤਰੀ ਸਾਹਿਬ ਮਾਨਯੋਗ ਸਰਕਾਰ ਜੀ ਸਰਕਾਰੀ ਅਹੁਦੇਦਾਰ ਜੀ ਤੁਸੀਂ ਰੰਗਲੇ ਪੰਜਾਬ ਦੇ ਪ੍ਰੋਗਰਾਮ ਇੱਥੇ ਅਮਰਸਰ ਦੇ ਵਿੱਚ ਕਰ ਰਹੇ ਹੋ ਅਮਰਸਰ ਦੇ ਵਿੱਚ ਦਰਬਾਰ ਸਾਹਿਬ ਦੇ ਨੇੜੇ ਸਿਫਤੀ ਦੇ ਘਰ ਦੇ ਨੇੜੇ ਸਾਡੇ ਨੌਜਵਾਨਾਂ ਦੇ ਮਾਪੇ ਸਾਡੇ ਨੌਜਵਾਨਾਂ ਦੇ ਬੱਚੇ ਸਾਡੇ ਭਰਾਵਾਂ ਦੇ ਬੱਚੇ ਜਿਹੜਨੇ ਪ੍ਰੋਟੈਸਟ ਤੇ ਬੈਠੇ ਨੇ ਉਹ ਕੋਈ ਮਾਫੀ ਨਹੀਂ ਮੰਗ ਰਹੇ ਮਨਪ੍ਰੀਤੋ ਕੋਈ ਮਾਫੀ ਨਹੀਂ ਮੰਗ ਰਹੇ ਉਹ ਕੀ ਕਹਿ ਰਹੇ ਨੇ ਕਿ ਸਾਨੂੰ ਸਾਡੀ ਪੰਜਾਬ ਦੀ ਮਿੱਟੀ ਦੇ ਵਿੱਚ ਲੈ ਕੇ ਆਓ ਕਿਉਂ ਸਿੱਟਿਆ ਜਾ ਰਿਹਾ ਯਾਰ ਇਹਨਾਂ ਨੂੰ ਹਜ਼ਾਰਾਂ ਕਿਲੋਮੀਟਰ ਦੂਰ ਅਸਾਮ ਦੇ ਵਿੱਚ ਕੀ ਗੱਲ ਬਾਈ ਕਿਹੜਾ ਇਹਨਾਂ ਤੋਂ ਆਡੀਐਕਸ ਫੜਿਆ ਗਿਆ ਸੀ ਸਾਡੇ ਪੰਜਾਬ ਦੇ ਨੇ ਗਲਤ ਨਹੀਂ ਚਲੋ ਮੈਂ ਨਹੀਂ ਕਹਿ ਰਿਹਾ ਮੈਂ ਉਹਨਾਂ ਨੂੰ ਕੋਈ ਕਲੀਨ ਚਿੱਟ ਨਹੀਂ ਦੇ ਰਿਹਾ ਕਿ ਉਹ ਬੇਕਸੂਰ ਨੇ ਜਾਂ ਇਦਾਂ ਇਦਾਂ ਹਨਾ ਉਹ ਕਾਨੂੰਨ ਦਾ ਮੈਟਰ ਹੈ ਉਹ ਮੁੱਖ ਮੰਤਰੀ ਸਾਹਿਬ ਥੋੜਾ ਕਾਨੂੰਨ ਦੇਖੇਗਾ ਕੋਈ ਚੱਕਰ ਨਹੀਂ ਆਪਾਂ ਨਹੀਂ ਉਸ ਦੇ ਵਿੱਚ ਪੈਂਦੇ ਪਰ ਯਾਰ ਸਾਡੇ ਪੰਜਾਬ ਦੇ ਮੁੰਡੇ ਨੇ ਉਹਨਾਂ ਦਾ ਪੰਜਾਬ ਦੀ ਜੇਲ੍ਹ ਦੇ ਵਿੱਚ ਰਹਿਣਾ ਤਾਂ ਹੱਕ ਹੈਗਾ ਨਾ ਉਹਨਾਂ ਦੇ ਪਰਿਵਾਰ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਮਿਲ ਸਕਣ ਤੁਹਾਨੂੰ ਤੁਸੀਂ ਉੱਥੇ ਕਵਰ ਕੀਤਾ ਸਾਰੇ ਨੌਜਵਾਨਾਂ ਦੇ ਮਾਪਿਆਂ ਦੇ ਨਾਲ ਜਿਹੜਾ ਤੁਸੀਂ ਨੇ ਕਵਰ ਕੀਤਾ ਤੁਹਾਨੂੰ ਉੱਥੇ ਦੇ ਨੌਜਵਾਨਾਂ ਦੀ ਹਾਲਾਤ ਦਾ ਅੰਦਾਜ਼ਾ ਹੈ ਮਨਪ੍ਰੀਤ ਮੈਂ ਦੱਸਾਂ ਫਿਰ ਉਹਨਾਂ ਦੇ ਹਾਲਾਤ ਕੀ ਨੇ ਅੱਜ ਪਹਿਲੀ ਵਾਰ ਔਨ ਰਿਕਾਰਡ ਮੈਂ ਇਹ ਔਨ ਕੈਮਰਾ ਇਹ ਗੱਲ ਕਹਿਣ ਲੱਗਿਆ ਬਾਈ ਦਲਜੀਤ ਸਿੰਘ ਕਲਸੀ ਦੇ ਮੇਰੇ ਕੋਲ ਫੋਨ ਆਇਆ ਕਿਉਂਕਿ ਦਲਜੀਤ ਕਲਸੀ ਮੇਰਾ ਭਰਾ ਹੈ ਸਾਡਾ ਭਰਾ ਹੈ ਅਸੀਂ ਮਾਣ ਕਰਦੇ ਹਾਂ ਉਸ ਬੰਦੇ ਤੇ ਹੈਨਾ ਉਹਨਾਂ ਦਾ ਫੋਨ ਆਇਆ ਜੇਲ੍ਹ ਦੇ ਵਿੱਚੋਂ ਜਿਹੜਾ ਉਹਨਾਂ ਨੂੰ ਫੋਨ ਅਲਾਟ ਹੋਇਆ ਵਾ ਕੋਈ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਜਾਂ ਵਕੀਲ ਸਹਿਬਾਨਾਂ ਦੇ ਨਾਲ ਗੱਲਬਾਤ ਕਰਨ ਦਾ ਫਿਕਰ ਹੁੰਦਾ ਯਾਰ ਜਦੋਂ ਬਾਈ ਹਣੀ ਭੁੱਖ ਹੜਤਾਲ ਦੇ ਬੈਠੇ ਨੇ ਹੈਨਾ ਫਿਕਰ ਹੁੰਦਾ ਜਦੋਂ ਫੋਨ ਆਇਆ ਮੈਂ ਪੁੱਛਿਆ ਮੈਂ ਬਾਈ ਕਿਵੇਂ ਹੋ ਉਸ ਬੰਦੇ ਦੇ ਸ਼ਬਦ ਪਤਾ ਕੀ ਸੀ ਸੰਸਾਰ ਚੜ੍ਹਦੀ ਕਲਾ ਚ 4 ਦਿਨ ਤੋਂ ਉਸ ਸਮੇਂ ਤੱਕ ਹੁਣ ਤਾਂ ਜ਼ਿਆਦਾ ਦਿਨ ਹੋ ਗਏ ਮੈਂ ਉਸ ਦਿਨ ਦੀ ਗੱਲ ਕਰ ਰਿਹਾ ਹਾਂ 4 ਦਿਨ ਤੋਂ 5 ਦਿਨ ਤੋਂ ਉਸ ਦਿਨ ਤੱਕ ਰੋਟੀ ਨਹੀਂ ਸੀ ਖਾਧੀ ਅਰਬ ਬਸੰਤ ਸਿੰਘ ਦੌਲਤਪੁਰਾ ਨੇ ਉਸ ਦਿਨ ਤੋਂ ਪਾਣੀ ਤੱਕ ਨਹੀਂ ਪੀਤਾ ਪਾਣੀ ਦਾ ਘੁੱਟ ਨਹੀਂ ਪੀਤਾ ਮੈਂ ਬਾਈ ਕਲਸੀ ਤੋਂ ਪੁੱਛਿਆ ਮੈਂ ਬਸੰਤ ਸਿੰਘ ਦੀ ਸਥਿਤੀ ਕਿਵੇਂ ਆ ਕਹਿੰਦੇ ਨੇ ਕਿ ਅਸੀਂ ਮੀਡੀਆ 'ਚ ਸੁਣ ਰਹੇ ਹਾਂ ਕਿ ਬਾਈ ਨੇ ਪਾਣੀ ਤੱਕ ਨਹੀਂ ਪੀਤਾ ਉਹ ਕਹਿੰਦੇ ਸੰਸਾਰ ਅੱਜ ਹੁਣੇ-ਹੁਣੇ ਉਸ ਦੇ ਪਰਿਵਾਰ ਦੇ ਨਾਲ ਗੱਲ ਕਰਵਾਉਣ ਦੇ ਲਈ ਬਸੰਤ ਸਿੰਘ ਨੂੰ ਅਸੀਂ ਲੈ ਕੇ ਆਏ ਸੀ ਉਸ ਨੂੰ व्हीਲ ਚੇਅਰ ਤੇ ਲੈ ਕੇ ਆਏ ਸੀ ਯਾਰ ਇੰਨੀ ਮਾੜੀ ਹਾਲਾਤ ਸਾਡੇ ਨੌਜਵਾਨਾਂ ਦੀ ਹੋ ਗਿਆ ਮੁੱਖ ਮੰਤਰੀ ਸਾਹਿਬ ਤੁਸੀਂ ਕਹਿੰਦੇ ਹੋ ਕਿ ਮੈਂ ਪੰਜਾਬ ਦੇ ਹੱਕ ਦੀ ਗੱਲ ਕਰਦਾ ਮੈਂ ਪੰਜਾਬ ਪਿੱਛੇ ਸਟੈਂਡ ਲੈਂਦਾ ਸਰ ਸਟੈਂਡ ਲਓ ਉਹ ਕੀ ਕਹਿ ਰਹੇ ਨੇ ਸਾਨੂੰ ਪੰਜਾਬ ਲੈ ਲਓ ਕੋਈ ਮਾਫੀ ਨਹੀਂ ਮੰਗ ਰਹੇ ਮਨਪ੍ਰੀਤ ਮੈਂ ਕਲਸੀ ਬਾਈ ਉਹਨਾਂ ਨੂੰ ਪੁੱਛਿਆ ਮੈਂ ਬਾਈ ਜੀ ਤੁਹਾਡੀਆਂ ਅਫੀਸ਼ੀਅਲ ਡਿਮਾਂਡਸ ਕੀ ਨੇ ਤੁਸੀਂ ਚਾਹੁੰਦੇ ਕੀ ਹੋ ਭੁੱਖ ਹੜਤਾਲ ਕਿਉਂ ਯਾਰ ਕਿਉਂਕਿ ਸਮਝਾਉਣਾ ਆਪਣਾ ਫਰਜ਼ ਆ ਜਿੱਥੇ ਆਪਾਂ ਭਰਾ ਕਹਿ ਦਈਏ ਹਨਾ ਉੱਥੇ ਕਹਿਣਾ ਫਰਜ਼ ਅਮਾ ਛੱਡੋ ਯਾਰ ਤੁਸੀਂ ਕਿਉਂ ਆਪਣੇ ਸ਼ਰੀਨਾ ਨੂੰ ਦੁੱਖ ਦਿੰਦੇ ਹੋ ਉਹ ਕਹਿੰਦੇ ਸੰਸਾਰ ਅਸੀਂ ਸਿਰਫ ਇੰਨਾ ਚਾਹੁੰਦੇ ਆ ਕਿ ਆਫੀਸ਼ੀਅਲੀ ਇੱਕ ਬਿਆਨ ਦਿੱਤਾ ਜਾਵੇ ਜਿਸ ਦੇ ਵਿੱਚ ਕਿਹਾ ਜਾਵੇ ਕਿ ਤੁਹਾਨੂੰ ਤੁਹਾਡੀ ਐਨਐਸਏ ਖਤਮ ਹੋਣ ਤੋਂ ਬਾਅਦ ਅਸੀਂ ਪੰਜਾਬ ਲੈ ਕੇ ਜਾਵਾਂਗੇ ਹੁਣ ਜੇ ਇਸ ਤਰ੍ਹਾਂ ਦੇ ਰੋਸ਼ਨ ਦਿਮਾਗ ਬੰਦੇ ਭੁਖੜਤਾਲ ਤੇ ਬੈਠੇ ਨੇ ਇਸ ਦਾ ਮਤਲਬ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਸਰਕਾਰ ਦੀ ਮਨਸ਼ਾ ਸਿਸਟਮ ਦੀ ਮਨਸ਼ਾ ਇਹ ਸਮਝ ਆ ਚੁੱਕੀ ਸੀ ਕਿ ਸਾਡੇ ਉੱਪਰ ਐਨਐਸਏ ਵਧਾ ਕੇ ਹੋਰ ਵੀ ਸਾਨੂੰ ਪਰੇਸ਼ਾਨ ਕੀਤਾ ਜਾ ਸਕਦਾ ਬਿਨਾਂ ਕਸੂਰ ਤੋਂ ਯਾਰ ਸਾਲ ਸਾਲ ਹੋ ਗਿਆ ਤੁਹਾਨੂੰ ਪਤਾ ਹੈ ਕਿ ਉਹਨਾਂ ਦੇ ਵਿੱਚੋਂ ਕਈ ਨੌਜਵਾਨ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਮਾਪਿਆਂ ਦੇ ਮੈਂਟਲੀ ਹੈਲਥ ਜਿਹੜੀ ਆ ਉਹ ਕਿੰਨੀ ਜ਼ਿਆਦਾ ਪ੍ਰਭਾਵਿਤ ਹੋਈ ਆ ਉਨ੍ਹਾਂ ਦੇ ਵਿੱਚ ਕੱਲ ਇੱਕ ਕਹਿ ਰਹੇ ਸੀ ਇੱਕ ਸਿੰਘ ਨੂੰ ਦੌਰਾ ਵੀ ਪਿਆ ਉਹਨਾਂ ਦੀ ਜੀਭ ਵੀ ਕੱਟੀ ਗਈ ਇਦਾਂ ਦੇ ਹਾਲਾਤ ਵੀ ਹੈਗੇ ਨੇ ਜੀ ਹੈਗੇ ਨੇ ਉਹਨਾਂ ਨੂੰ ਉਹਨਾਂ ਨੂੰ ਮਿਰਗੀ ਦੀ ਸ਼ਿਕਾਇਤ ਹੈਗੀ ਆ ਕੱਲ ਸੀ ਬਾਈ ਦੇ ਵੱਲੋਂ ਇਹ ਗੱਲ ਜਿਹੜੀ ਆ ਕਨਫਰਮ ਕੀਤੀ ਗਈ ਹੈ ਚਲੋ ਆਪਾਂ ਨੇ ਉਹ ਰਿਕਾਰਡ ਨਹੀਂ ਕੀਤੀ ਕਿਉਂਕਿ ਕਾਫੀ ਗੱਲਾਂ ਹਨਾ ਇਦਾਂ ਦੀ ਹੁੰਦੇ ਨੇ ਜਿਹੜੀਆਂ ਮੀਡੀਆ 'ਚ ਨਹੀਂ ਹੋਣੇ ਚਾਹੀਦੀਆਂ ਹੈਗੀਆਂ ਨੇ ਕੁਲਵੰਤ ਸਿੰਘ ਰੌਕੇ ਦੀ ਮੈਂ ਗੱਲ ਕਰਦਾ ਭਾਈ ਕੁਲਵੰਤ ਸਿੰਘ ਰੌਕੇ 1 ਸਾਲ ਤੋਂ ਜਿਹੜੇ ਨੇ ਤਕਰੀਬਨ ਹੈਨਾ ਉੱਥੇ ਨੇ ਤੁਹਾਨੂੰ ਪਤਾ ਕੁਲਵੰਤ ਸਿੰਘ ਰੌਕੇ ਖੂਨ ਕੀਦਾ ਕਲਵੰਤ ਸਿੰਘ ਰੌਕੇ ਸਿੱਖ ਕੌਮ ਦੇ ਚਮਕਦੇ ਸtare ਸ਼ਹੀਦ ਭਾਈ ਚੜਤ ਸਿੰਘ ਦਾ ਖੂਨ ਆ ਜਿਸ ਨੂੰ ਮਾਰਚ 1993 ਦੇ ਵਿੱਚ ਪੁਲਿਸ ਦੇ ਵੱਲੋਂ ਗਾਇਬ ਕਰ ਦਿੱਤਾ ਗਿਆ ਉਹਨਾਂ ਦੀ ਮਾਤਾ ਜੀ ਨੇ ਗੱਲਬਾਤ ਕੀਤੀ ਕਹਿੰਦੇ ਉਹਨਾਂ ਦੇ ਪਿਤਾ ਜੀ ਤੇ ਵੀ ਐਨਐਸਏ ਲੱਗੀ ਸੀ ਉਹਨਾਂ ਦੇ ਪਿਤਾ ਜੀ ਤੇ ਵੀ ਐਨਐਸਏ ਲੱਗੀ ਮਾਰਚ 1993 ਤੋਂ ਬਾਅਦ ਕਲਵੰਤ ਸਿੰਘ ਰੌਕੇ ਦਾ ਪਰਿਵਾਰ ਜਿਹੜਾ ਆਪਣੇ ਘਰ ਦੇ ਉਸ ਸ਼ਖਸੀਅਤ ਨੂੰ ਘਰ ਦੇ ਉਸ ਮੈਂਬਰ ਨੂੰ ਉਡੀਕ ਰਿਹਾ 30 ਸਾਲ ਹੋ ਚੁੱਕੇ ਨੇ ਪਹਿਲਾਂ ਕਲਵੰਤ ਸਿੰਘ ਰੌਕੇ ਦੇ ਫਾਦਰ ਨੂੰ ਗਾਇਬ ਕੀਤਾ ਹੁਣ ਕਲਵੰਤ ਸਿੰਘ ਰੌਕੇ ਨੂੰ ਖਤਮ ਕਰਨ ਦੀਆਂ ਯਾਰ ਸਾਜ਼ਿਸ਼ਾਂ ਹੋ ਰਹੀਆਂ ਨੇ ਬਾਈ ਬਸੰਤ ਸਿੰਘ ਦੌਲਤਪੁਰਾ ਜਿਹੜੇ ਨੇ ਉਹ ਜਿਹੜੇ ਉੱਥੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਨੇ ਉਹਨਾਂ ਨੇ ਇੱਕ ਘੁੱਟ ਵੀ ਪਾਣੀ ਨਹੀਂ ਪੀਤਾ ਹੈਗਾ ਉਹ ਜਿਸ ਦਿਨ ਤੋਂ ਕੁਲਵੰਤ ਸਿੰਘ ਦੇ ਸੌਰੀ ਬਸੰਤ ਸਿੰਘ ਦੇ ਉੱਪਰ ਐਨਐਸਏ ਲੱਗੀ ਹੈਗੀ ਉਹਨਾਂ ਦੇ ਮਾਤਾ ਦੇ ਦਿਮਾਗੀ ਤੌਰ ਤੇ ਇੰਨੇ ਜ਼ਿਆਦਾ ਪਰੇਸ਼ਾਨ ਨੇ ਉਹ ਉਸ ਸਮੇਂ ਦੇ ਵਿੱਚ ਚਲੇ ਜਾਂਦੇ ਨੇ ਸੋਚ ਉਹਨਾਂ ਦੀ ਉਸ ਸਮੇਂ ਦੇ ਵਿੱਚ ਬਾਈ ਚਲੇ ਜਾਂਦੀ ਆ ਜਦੋਂ ਜਿਹੜੇ ਨੇ ਬਸੰਤ ਸਿੰਘ ਉਹ ਨਹੀਂ ਛੋਟੇ ਛੋਟੇ ਸੀ 25 20 25 ਸਾਲ ਪਹਿਲਾਂ ਚਲੇ ਜਾਂਦੇ ਨੇ ਉਹ ਅੱਖੇ ਹੋਰੀ ਵੀ ਜਾ ਕੇ ਆਏ ਉੱਥੇ ਧੰਨਵਾਦ ਆ ਬਾਈ ਧੰਨਵਾਦ ਆ ਯਾਰ ਪੰਜਾਬ ਦੇ ਨੌਜਵਾਨ ਕੁਝ ਤਾਂ ਬੋਲੇ ਨੇ ਪੰਜਾਬ ਦੇ ਮੁੱਦਿਆਂ ਦੇ ਕੁਝ ਤਾਂ ਬੋਲੇ ਨੇ ਜਿਹੜਾ ਵੀ ਬਾਈ ਉੱਥੇ ਗਿਆ ਉਹਨਾਂ ਦਾ ਧੰਨਵਾਦ ਆ ਯਾਰ ਮੁੱਖ ਮੰਤਰੀ ਸਾਹਿਬ ਥੋੜੇ ਲੱਖ ਮਤਪੇਦ ਹੋਣਗੇ ਅਮਰਪਾਲ ਸਿੰਘ ਦੇ ਨਾਲ ਉਹਨਾਂ ਨੇ ਲੱਖ ਗੁਨਾ ਕੀਤੇ ਹੋਣਗੇ ਯਾਰ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ ਚ ਤਾਂ ਲੈ ਲਓ ਪਰ ਮੁੱਖ ਮੰਤਰੀ ਸਾਹਿਬ ਠੀਕ ਆ ਤੁਸੀਂ ਨੇ ਨਹੀਂ ਲੈ ਕੇ ਆਉਣਾ ਨਹੀਂ ਪੰਜਾਬ ਦੇ ਵਿੱਚ ਲੈ ਕੇ ਆਉਣਾ ਕੋਈ ਚੱਕਰ ਨਹੀਂ ਪਰ ਜੇ ਉੱਥੇ ਇੱਕ ਅੱਧਾ ਨੌਜਵਾਨ ਸਾਡਾ ਨੁਕਸਾਨਿਆ ਗਿਆ ਇੱਕ ਅੱਧੇ ਨੌਜਵਾਨ ਦੀ ਉੱਥੇ ਮੌਤ ਹੋ ਜਾਂਦੀ ਆ ਤਾਂ ਫਿਰ ਸੀਐਮ ਸਾਹਿਬ ਫੇਸਬੁੱਕ ਤੇ ਲਾਈਵ ਹੋ ਕੇ ਇਹ ਅਫਸੋਸਨਾ ਕਰਿਓ ਕਿ ਜੀ ਬੜਾ ਘਾਟਾ ਪਿਆ ਪੰਜਾਬ ਦਾ ਨੌਜਵਾਨ ਸੀ ਅਸੀਂ ਜਾਂਚ ਕਰਾਵਾਂਗੇ ਤੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੂੰ 1 ਕਰੋੜ ਰੁਪਇਆ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਕਰਦੇ ਆ ਫਿਰ ਇਹ ਐਲਾਨ ਪੰਜਾਬ ਨਹੀਂ ਸੁਣੂਗਾ ਅਕੀਲਾ ਮੇਰਾ ਸਵਾਲ ਹੈ ਜਿਵੇਂ ਇਹ ਸਿੰਘ ਬੈਠੇ ਨੇ ਧਰਨੇ ਤੇ ਕਿਸਾਨ ਬੈਠੇ ਨੇ ਦਾ ਜਿਹੜੇ ਲੋਕ ਇਹਨਾਂ ਦੇ ਨਾਲ ਸਹਿਮਤ ਨਹੀਂ ਆ ਜਿਨ੍ਹਾਂ ਨੂੰ ਆਪਾਂ ਵਿਰੋਧੀ ਜਾਂ ਕਿਸਾਨ ਵਿਰੋਧੀ ਕਹਿ ਸਕਦੇ ਆ ਜਾਂ ਵਾਰਿਸ ਪੰਜਾਬ ਜਥੇਬੰਦੀ ਦੇ ਵਿਰੋਧੀ ਕਹਿ ਸਕਦੇ ਆ ਠੀਕ ਹੈ ਤੁਹਾਡੀ ਸਹਿਮਤੀ ਕਿਸੇ ਨਾਲ ਹੋ ਸਕਦੀ ਹੈ ਨਹੀਂ ਵੀ ਹੋ ਸਕਦੀ ਆ ਡੈਮੋਕ੍ਰੇਸੀ ਆ ਵਿਚਾਰ ਦੇ ਸਕਦੇ ਹੋ ਪਰ ਜਦੋਂ ਉਹਨਾਂ ਦੀਆਂ ਗੱਲਾਂ ਸੁਣਦੇ ਆ ਵੀ ਜਿਵੇਂ ਹੁਣ ਕਿਹਾ ਜਾਂਦਾ ਕਿ ਇਹਦਾ ਜੀ ਪੱਟਾ ਤੇ ਥਾਪੀਆਂ ਮਾਰਦਾ ਸੀਗਾ ਹੁਣ ਅਗਲੇ ਨੇ ਤਾਂ ਗੋਲੀ ਮਾਰਨੀ ਉਹਨਾਂ ਨੂੰ ਤੰਗ ਕਰਦੇ ਸੀ ਇਕਸਾਉਂਦੇ ਸੀ ਅਗਲੇ ਨੇ ਆਹ ਕੰਮ ਕਰਤਾ ਹਨ ਇਹੋ ਜੀਆਂ ਗੱਲਾਂ ਆਉਂਦੀਆਂ ਤਾਂ ਫਿਰ ਕੀ ਸੋਚਦੇ ਹੋ ਦੇਖੋ ਵਿਰੋਧੀ ਤਾਂ ਬਈ ਕਰ ਨਹੀਂ ਕਰਨਾ ਇਹਨਾਂ ਨੇ ਵਿਰੋਧ ਤਾਂ ਜੇ ਜੇ ਥੋੜੇ ਸਿਫਤ ਕਰਨੇ ਵਾਲੇ ਹੈਗੇ ਨੇ ਨਾ ਤਾਂ ਥੋੜੇ ਵਿਰੋਧੀ ਵੀ ਹੋਣਗੇ ਹੁਣ ਗੱਲ ਆਉਂਦੀ ਐ ਇੱਥੇ ਮੈਂ ਅਮਰਪਾਲ ਸਿੰਘ ਉਹਨਾਂ ਤੋਂ ਥੋੜਾ ਜਿਹਾ ਸਾਈਡ ਤੇ ਲੈ ਕੇ ਆਵਾਂ ਮੈਂ ਇੱਥੇ ਲੈ ਕੇ ਆਵਾਂ ਕਿਸਾਨ ਅੰਦੋਲਨ ਨੂੰ ਕਾਫੀ ਕਹਿੰਦੇ ਨੇ ਜੀ ਇਹ ਤਾਂ ਖਾਲਸਤਾਨੀ ਹੈ ਜੀ ਸਿਰਫ ਪੰਜਾਬ ਕੋ ਕਿਉਂ ਦਿੱਕਤ ਹੈ ਜੀ ਤਾਂ ਬਾਈ ਜੀ ਜਦੋਂ ਫਿਰ ਤੁਹਾਡਾ ਦੇਸ਼ ਗੁਲਾਮ ਸੀ ਜਦੋਂ ਭਾਰਤ ਦੇਸ਼ ਗੁਲਾਮ ਸੀ ਉਸ ਸਮੇਂ ਵੀ ਫਿਰ ਪੰਜਾਬ ਨੂੰ ਇਹ ਦਿੱਕਤ ਸੀ ਇੱਕ ਛੋਟਾ ਜਿਹਾ ਅੰਕੜਾ ਦੇਵਾਂ ਮਨਪ੍ਰੀਤ 121 ਆਥੈਂਟਿਕ ਫਾਂਸੀਆਂ ਹੋਈਆਂ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਲਈ 121 ਪੂਰੇ ਦੇਸ਼ ਦੇ ਵਿੱਚ ਉਹ ਕਿੱਡਾ ਦੇਸ਼ ਆ ਉਸ ਸਮੇਂ ਪਾਕਿਸਤਾਨ ਦਾ ਹਿੱਸਾ ਵੀ ਵਿੱਚ ਸੀ ਉਸ ਸਮੇਂ ਬੰਗਲਾਦੇਸ਼ ਦਾ ਹਿੱਸਾ ਵੀ ਵਿੱਚ ਸੀ ਉਸ 121 ਦੇ ਵਿੱਚੋਂ ਪੰਜਾਬ ਦੇ ਵਿੱਚੋਂ 93 ਮੁੰਡੇ ਨੇ 93 ਮੁੰਡੇ ਪੰਜਾਬ ਦੇ ਨੇ ਜਿਨ੍ਹਾਂ ਨੇ ਫਾਂਸੀਆਂ ਦਿੱਤੀਆਂ ਨੇ 90% ਬਣਿਆ 90% ਬਣਿਆ ਇੱਕ ਛੋਟਾ ਜਿਹਾ ਅੰਕੜਾ ਹੋਰ ਦੇਵਾਂ ਤਕਰੀਬਨ ਤਕਰੀਬਨ 23-2400 ਬੰਦਾ ਉਹ ਆ ਜਿਨ੍ਹਾਂ ਨੂੰ ਜਿਹੜੀ ਆ ਉਮਰ ਕੈਦ ਦੀ ਸਜ਼ਾ ਹੋਈ ਆ 2200 ਨੌਜਵਾਨ ਉਹ ਆ ਜਿਹੜੇ ਪੰਜਾਬ ਤੋਂ ਸੀ ਉਸ ਸਮੇਂ ਤਾਂ ਫਿਰ ਬਾਈ ਅੰਗਰੇਜ਼ ਵੀ ਕਹਿ ਸਕਦੇ ਸੀ ਵੀ ਬਾਈ ਤੁਹਾਨੂੰ ਪੰਜਾਬ ਨੂੰ ਕੀ ਤਕਲੀਫ ਆ ਇਕੱਲੇ ਨੂੰ ਯਾ ਬਾਕੀ ਦੇਸ਼ਾਂ ਦਾ ਬੈਠਾ ਪੰਜਾਬ ਤਾਂ ਲੀਡਰ ਬਣੇਗਾ ਯਾਰ ਪੰਜਾਬ ਨੇ ਅਬਦਾਲੀ ਉਹਨਾਂ ਦੇ ਹੱਲੇ ਜਿਹੜੇ ਨੇ ਹਮਲੇ ਜਿਹੜੇ ਨੇ ਉਹ ਠੱਲੇ ਨੇ ਪੰਜਾਬ ਨੇ ਚੜ ਕੇ ਆਇਆ ਵੈਰੀ ਮੋੜਿਆ ਪੰਜਾਬ ਨੇ ਦੇਸ਼ ਦੇ ਹੱਕ ਦੀ ਗੱਲ ਕੀਤੀ ਆ ਇਕੱਲੇ ਪੰਜਾਬ ਨੂੰ ਫਾਇਦਾ ਤੁਣਾ ਮਿਲ ਲੈ ਜੇ ਐਮਐਸਪੀ ਹੋ ਜਾਂਦੀ ਆ ਤਾਂ ਫਿਰ ਅਸਾਮ ਦੇ ਕਿਸਾਨ ਨੂੰ ਵੀ ਜਿਹੜਾ ਫਾਇਦਾ ਮਿਲੇਗਾ ਫਿਰ ਬਿਹਾਰ ਦੇ ਕਿਸਾਨ ਨੂੰ ਵੀ ਫਾਇਦਾ ਮਿਲੇਗਾ ਇੱਕ ਵਾਰੀ ਸ਼ੁਰੂਆਤ ਤਾਂ ਹੋਣ ਦਿਓ ਸ਼ੁਰੂਆਤ ਤਾਂ ਹੋਣ ਦਿਓ ਫਿਰ ਪੰਜਾਬ ਤਾਂ ਪੰਜਾਬ ਤਾਂ ਬਾਗੀ ਖੂਨ ਆ ਪੰਜਾਬ ਦਾ ਦਾ ਪੰਜਾਬ ਤਾਂ ਜਿੱਥੇ ਗਲਤ ਹੋਏਗਾ ਪੰਜਾਬ ਤਾਂ ਬੋਲੇਗਾ ਇੱਕ ਛੋਟਾ ਜਿਹਾ ਗੱਲ ਜਾਂਦੀ ਜਾਂਦੀ ਹੋਰ ਕਰ ਦਮ ਰੰਗਲੇ ਪੰਜਾਬ ਦੀ ਗੱਲ ਕੀਤੀ ਸੀ ਅਮਰitsar ਦੇ ਵਿੱਚ ਤੁਹਾਨੂੰ ਪਤਾ ਰੰਗਲੇ ਪੰਜਾਬ ਦੀਆਂ ਜਾਂ ਪੰਜਾਬ ਦੀਆਂ ਪ੍ਰਾਪਤੀਆਂ ਦੀਆਂ ਮਸ਼ਹੂਰੀਆਂ ਕਿੱਥੇ ਕਿੱਥੇ ਤੱਕ ਜਾ ਰਹੀਆਂ ਨੇ ਅਸਾਮ ਨਾਗਾ ਲੈਂਡ ਦੇ ਅਖਬਾਰਾਂ ਦੇ ਫਰੰਟ ਪੇਜ ਦੇ ਉੱਪਰ ਫਰੰਟ ਪੇਜ ਦੇ ਉੱਪਰ ਇੱਕ ਪੂਰਾ ਪੂਰਾ ਪੇਜ ਜਿਹੜਾ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦੇ ਨਾਲ ਇਹਨਾਂ ਲੋਕਾਂ ਨੇ ਭਰ ਦਿੱਤਾ। ਉੱਥੇ ਕੌਣ ਆ ਜੀ ਉੱਥੇ ਸਾਡੇ ਟੈਕਸ ਦਾ ਪੈਸਾ ਤੁਸੀਂ ਕਿਉਂ ਉੱਥੇ ਬਰਬਾਦ ਕਰ ਰਹੇ ਹੋ? ਕੀ ਤੁਸੀਂ ਨੇ ਉਹਨਾਂ ਲੋਕਾਂ ਨੂੰ ਰੋਜ਼ਗਾਰ ਦੇਣਾ ਇੱਥੇ ਲਿਆ ਲੈ ਕੇ ਗੋਰੇ ਲਿਆਉਣ ਦੀ ਗੱਲ ਹੋਈ ਸੀ ਆਸਾਮ ਦੇ ਨਹੀਂ? ਜਾਂ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਮੈਂ ਜੀ ਪੰਜਾਬ ਦੇ ਵਿੱਚ ਇੰਨਾ ਰੋਜ਼ਗਾਰ ਦੇਤਾ। ਇਹ ਪ੍ਰਚਾਰ ਉੱਥੇ ਕੀਤਾ ਜਾ ਰਿਹਾ। ਆਸਾਮ ਦੇ ਵਿੱਚ ਹੋਰ ਸੂਬਿਆਂ ਦੇ ਵਿੱਚ ਜਾਂ ਹੋਰ ਜਿੱਥੇ ਵੀ ਕਿਉਂ ਬਾਈ ਟੈਕਸ ਪੰਜਾਬ ਦੇ ਲੋਕ ਦਿੰਦੇ ਨੇ ਤੁਹਾਨੂੰ ਜਾਂ ਕੋਈ ਬੰਗਲਾਦੇਸ਼ ਤੋਂ ਆ ਕੇ ਦਿੰਦਾ ਪ੍ਰਚਾਰ ਕਰਨਾ ਤੁਸੀਂ ਤਾਂ ਕਹਿੰਦੇ ਸੀ ਵੀ ਪੋਸਟਰ ਲਗਾਉਣ ਨਾਲ ਨਹੀਂ ਲੋਕਾਂ ਦੇ ਦਿਲਾਂ ਦੇ ਵਿੱਚ ਪ੍ਰਚਾਰ ਕੀਤਾ ਜਾਊਗਾ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਪੋਸਟਰ ਲਗਾਉਣ ਦੀ ਲੋੜ ਨਹੀਂ ਪੈਂਦੀ ਉਹ ਤਾਂ ਲੋਕ ਆਪ ਗਵਾਹੀ ਭਰ ਦੇਣਗੇ ਮੁੱਖ ਮੰਤਰੀ ਸਾਹਿਬ ਐਡ ਐਡੀਆਂ ਭਾਰੀਆਂ ਐਡਸ ਦੇਣ ਦੀ ਕੀ ਲੋੜ ਉਹ ਤਾਂ ਲੋਕ ਥੋੜੀ ਗਵਾਹੀ ਆਪ ਭਰ ਦੇਣਗੇ ਫਿਰ ਬਦਲੋ ਯਾਰ ਬਚਾ ਲੋ ਪੰਜਾਬ ਨੂੰ ਸੀਐਮ ਸਾਹਿਬ ਤੁਹ ਤੋਂ ਬੜੀਆਂ ਉਮੀਦਾਂ ਸੀ ਬੜੀਆਂ ਉਮੀਦਾਂ ਦੇ ਨਾਲ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਸੀ ਪੰਜਾਬ ਦੇ ਹੱਕ ਦੇ ਆ ਪੰਜ ਸੱਤ ਫੈਸਲੇ ਕਰ ਦਿਓ ਸਾਡੇ ਨੌਜਵਾਨਾਂ ਦਾ ਸਾਡੀ ਕਿਸਾਨੀ ਦਾ ਸਾਡੇ ਪੰਜਾਬ ਦੀ ਬੇਰੁਜ਼ਗਾਰੀ ਦਾ ਸਾਡੇ ਨਸ਼ਿਆਂ ਦਾ ਇਸ ਦੇ ਖਿਲਾਫ ਸਖਤ ਫੈਸਲੇ ਕਰ ਦਿਓ 2024 ਆਇਆ ਖੜਾ ਪੰਜਾਬ ਤਾਂ ਫੇਰ ਤੁਹਾਨੂੰ ਸਿਰ ਦੇ ਉੱਪਰ ਬਿਠਾ ਲੇਗਾ ਫੇਰ ਹੱਥਾਂ ਦੇ ਚੱਕ ਲੈ ਗਿਆ ਪੰਜਾਬ ਆ ਬਾਬਾ ਜੀ ਦਰਿਆ ਦੇ ਲੋਕ ਨੇ ਇਹ ਇਹਨਾਂ ਦਾ ਕੋਈ ਚੱਕਰ ਨਹੀਂ ਹਮ ਸ਼ੁਕਰੀਆ ਬਿਲਕੁਲ ਪੰਜਾਬ ਦੇ ਜਿਹੜੇ ਇਸ ਸਮੇਂ ਚੱਲ ਰਹੇ ਮੁੱਦਿਆਂ ਦੇ ਉੱਤੇ ਜਿਹੜੇ ਆਪ ਵਕ ਵਕ ਜਗਾਵਾਂ ਦੇ ਤੋ ਧਰਨੇ ਜਾ ਰਹੇ ਚੱਲ ਰਹੇ ਨੇ ਕਿਤੇ ਸਿੰਘਾਂ ਦੇ ਪਰਿਵਾਰ ਬੈਠੇ ਨੇ ਕਿਤੇ ਕਿਸਾਨੀ ਬੈਠੀ ਐ ਕਿਸਾਨ ਆਪਣੇ ਮਸਲੇ ਨੂੰ ਲੈ ਕੇ ਹਾਲਾਂਕਿ ਸੈਂਟਰ ਦੇ ਨਾਲ ਲੜ ਰਿਹਾ ਬਸ ਕਰਨਾ ਕੀ ਐ ਨਾਲ ਹੀ ਤਾਂ ਖੜਨਾ ਇਹ ਤਾਂ ਕੰਮ ਬਹੁਤ ਸੌਖਾ ਇਹਦਾ ਕੰਮ ਸਰਕਾਰ ਇੱਕ ਚੁਟਕੀ ਮਾਰ ਕੇ ਵੀ ਕਰ ਸਕਦੀ ਐ ਤੇ ਦੇਖਦੇ ਹਾਂ ਹੁਣ ਸਰਕਾਰ ਇਹਨਾਂ ਮਸਲੇ ਨੂੰ ਕਿਸ ਤਰੀਕੇ ਦੇ ਨਾਲ ਨਜਿੱਟਦੀ ਐ ਤੇ ਪੰਜਾਬ ਇਹਨਾਂ ਹਾਲਾਤਾਂ ਦੇ ਵਿੱਚੋਂ ਕਿਸ ਤਰੀਕੇ ਦੇ ਨਾਲ ਬਾਹਰ ਆਉਂਦਾ